candid. बड़ा चिट कपड़ा, बड़ी सजावट, खूबसूरती, ये मेरे मन की इच्छा है। इतने लफज दो जड़े ने जरा मैं चलना विचार नहीं। हुण उज्जल पहरे कपड़े कोई माड़ी गल नहीं, चंगा कपड़ा पाउंदे। सजा के अपने आप नूं खूबसूरत बना के रखना, अगले पासे लफ़ज ने 500 सुपारी खाए, लफज असी बदनाम कर देते। गुरबाणी विच बदनाम ने क्यों बदनाम किए, क्योंकि कारण है कि धर्म के खेत्र विच कई चीजा समझे बिना असी गुस्ताखी बना लेनिया ने। मसलन जराब साड़ी लोड सी, वक्त ते कदी पैर तो होके गुरुद्वारे जान दा नियम सी, बड़ा चंगा सी, क्योंकि गलियां कच्चियां सन, कच्चियां गलियां विच पैर लिबड़ जांदे सन, ते ओ मिट्टी दे लिबड़े होए पैर लैके अंदर जाना गुरु अस्थाना दे, उधर तो हुंदे भी इन्ने चंगे इंतजाम नहीं सन हुंदे, पानी दे भी इंतजाम नहीं सन हुंदे, ते उदों पैर धो के अंदर जाण दा मसला आ गया। छोटा जा चला बना दिता, चले का पानी नहीं सन बदलते। इस बहाने कुछ गलतन समय अंदर जाके देखे, उन्हें चले का पानी नहीं सन बदलते, कुछ पानी उनके पा दिता जाता, हर कोई आता से उनके पैर पा के धो के अगे लंघ जाता। ਹੁਣ ਜਿਉਂ ਜਿਉਂ ਸੋਚੀ ਆਉਂਦੀ ਗਈ ਤਿਉਂ ਤਿਉਂ ਮਨਕ ਸੋਚੀ ਪੈ ਗਿਆ ਵੀ ਇੱਕੋ ਪਾਣੀ ਵਿੱਚ ਸਾਰੇ ਹੀ ਪੈਰ ਧੋਈ ਜਾਂਦੇ ਨੇ, ਅਤੇ ਮਨੁੱਖ ਜਿਨ੍ਹਾਂ ਨੇ ਇਹ ਨਿਯਮ ਬਣਾਇਆ ਸੀ ਉਹਨਾਂ ਨੂੰ ਵੀ ਫਿਕਰ ਪੈ ਗਿਆ ਕਿਤੇ ਛੱਡ ਨਾ ਦੇ। ਉਹਨਾਂ ਨੇ ਧਰਮ ਨਾਮ ਥੱਲੇ ਪਹਿਲਾ ਭੁਲੇਖਾ ਪਾਇਆ ਕਿ ਇਹ ਪਾਣੀ ਅੰਮ੍ਰਿਤ ਹੋ ਗਿਆ, ਇਹ ਪਾਣੀ जे ये ना कहते हो सकते लोग पानी बदलन लग पेंदे या कोई होर तरीका सोचते। सानू आम जीवन में असि परिवार वांगू बैठे हैं, कुछ गल्लां सोचनियां पैंदियां। इस भरम पाउण नाल असी उस पानी नू अमृत समझ लिया, हुण सानू बदलन की लोड़ नहीं, ਉਹਨੂੰ ਅਸੀਂ ਬੋਤਲਾਂ ਵਿੱਚ ਭਰ ਕੇ ਘਰ ਲਿਆਉਣਾ ਸ਼ੁਰੂ ਕਰ ਦਿੱਤਾ। ਪਰ ਹੁਣ ਦੇ ਮਸਲੇ ਮੁਤਾਬਕ ਜਰਾਬ ਪਾਉਣ ਦਾ ਮਸਲਾ ਆ ਗਿਆ, ਅਸੀਂ ਜਰਾਬ ਪਾ ਲੈਣਾ। ਹੁਣ ਤਾਂ ਗਲੀਆਂ ਵੀ ਪੱਕੀਆਂ ਨੇ, ਕੱਚੀਆਂ ਨੇ, ਜਿਨ੍ਹਾਂ ਵਿੱਚ ਪੈਰ ਲੁੱਬੜਨੇ ਨੇ। ਹੁਣ ਉਹਨਾਂ ਛੋਟੇ ਛੋਟੇ ਚਾਲਿਆਂ ਵਿੱਚ ਪਾਣੀ ਛੱਡਣ ਦੀ ਲੋੜ ਨਾ ਮਹਿਸੂਸ ਹੋਈ,
ਇਹਨਾਂ ਨੇ ਹੁਣ ਥੋੜ੍ਹਾ ਜਿਹਾ ਬਦਲਾਅ ਕੀਤਾ ਕਿ ਉਹਦੇ ਵਿੱਚ ਟੂਟੀਆਂ ਲਾ ਦਿੱਤੀਆਂ ਕਿਉਂਕਿ ਪਾਣੀ ਦੇ ਸਾਧਨ ਨੇ, ਉਹ ਪਾਣੀ ਬਦਲਦਾ ਰਹਿੰਦਾ। ਪਰ ਉਹ ਭਰਮ ਜਿਹੜਾ ਦਿਮਾਗ ਵਿੱਚ ਪੈ ਗਿਆ ਜਿਹਨੇ ਧਰਮ ਨੂੰ ਭਰਮ ਬਣਾ ਦਿੱਤਾ, ਧਰਮ ਨੂੰ ਭਰਮ ਬਣਾ ਦਿੱਤਾ, ਉਹਨੇ ਬਦਲਿਆ। ਇਸੇ ਤਰ੍ਹਾਂ ਮੈਂ ਐਗਜ਼ਾਂਪਲ ਦੇ ਕੇ ਅੱਗੇ ਤੁਰਨਾ ਚਾਹੁੰਦਾ ਸੀ। ਅੱਜ ਜਰਾਬ ਉੱਤੇ ਅਟੈਕ ਹੋਣ ਲੱਗ ਪਿਆ ਕਿ ਜਰਾਬ ਪਾ ਕੇ ਗੁਰਦੁਆਰੇ ਨਹੀਂ ਜਾਣਾ, ਕਿਉਂ? ਕਿਉਂਕਿ ਜਰਾਬ ਵਾਲੇ ਨੇ ਪੈਰ ਨਹੀਂ ਧੋਣੇ, ਜਿਵੇਂ ਜਰਾਬ ਪਾਈ ਹੋਈ ਹੈ ਉਹਨੂੰ ਪੈਰ ਧੋਣ ਦੀ ਲੋੜ ਨਹੀਂ। ਅਤੇ ਜੇ ਪੈਰ ਨਾ ਧੋਤੇ ਉਸ ਛਲੇ ਦੇ ਪਾਣੀ ਨੇ ਅੰਮ੍ਰਿਤ ਨਹੀਂ ਬਣਨਾ। ਉਹ ਗੱਲ ਤੇ ਨਾਲ ਜੁੜਨੀ ਹੈ ਨਾ ਅੰਮ੍ਰਿਤ ਬਣਾਉਣ ਵਾਲੀ। ਧਰਮ ਨੂੰ ਭਰਮ ਦਾ ਰੂਪ ਦੇਣਾ। ਜੇ ਹੁਣ ਜਰਾਬ ਪਾ ਲਏਗਾ ਤਾਂ ਨਤੀਜਾ ਹੈ ਕਿ ਉਹ ਪੈਰ ਨਹੀਂ ਧੋਵੇਗਾ, ਲੋੜ ਨਹੀਂ। ਅਤੇ ਜੇ ਪੈਰ ਨਹੀਂ ਧੋਵੇਗਾ ਉਹ ਅੰਮ੍ਰਿਤ ਨਹੀਂ ਬਣੇਗਾ। ਇਸ ਲਈ ਪਹਿਲਾ ਅਟੈਕ ਸ਼ੁਰੂ ਹੋਇਆ ਭਰਮ ਭੁਲੇਖੇ ਪਾਉਣ ਦਾ ਕਿ ਇਹਨੇ ਜਰਾਬ ਪਾ ਕੇ ਗੁਰਦੁਆਰੇ ਨਹੀਂ ਆਉਣਾ। ਉਹ ਅੱਜ ਜ਼ਮਾਨੇ ਅੰਦਰ ਸਮੇਂ ਦੇ ਮੁਤਾਬਕ ਆਮ ਝਗੜੇ ਹੁੰਦੇ ਨੇ। ਜਰਾਬ ਮੇਰੇ ਨਾਲ ਵੀ ਹੋਏ ਹੱਡੂ ਬਾਈ ਪਿਛਲੇ ਸਾਲ ਦੀ ਗੱਲ। ਤੂੰ ਕਹਿੰਦੇ ਜਰਾਬ ਪਾ ਕੇ ਨਹੀਂ ਜਾਣਾ, ਕਿਉਂਕਿ ਜਰਾਬ ਪਾ ਕੇ ਜਾਣ ਵਾਲਾ ਸਿੱਖ ਨੇ ਸਮਝਿਆ ਜਾਂਦਾ। ਹੁਣ ਉਸੇ ਤਰ੍ਹਾਂ ਇੱਥੇ ਵੀ ਇੱਕ ਲਫ਼ਜ਼ ਆ ਗਿਆ। ਹੁਣ ਆਪਾਂ ਇੱਥੇ ਇਹਨਾਂ ਲਫ਼ਜ਼ਾਂ ਨੂੰ ਸਮਝਣਾ ਹੈ। ਲਫ਼ਜ਼ ਨੇ ਆਏ ਕਿ ਉੱਜਲ ਪਹਿਰੇ ਕਾਤਰੇ ਕਿਉਂ ਆਖਿਆ ਗਿਆ। ਇਹ ਨਾ ਸਮਝਾਇਆ ਕਿ ਪਾਨ ਸੁਪਾਰੀ ਖਾਏ ਕਿਉਂ ਆਖਿਆ ਗਿਆ। ਬਸ ਇਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ, ਇਹਦਾ ਵਿਰੋਧ ਸ਼ੁਰੂ ਹੋ ਗਿਆ। ਹੁਣ ਅਜੀਬ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੁਹਾਡਾ ਸਾਰੇ ਪ੍ਰੋਗਰਾਮ ਕਰਨਾ ਚਾਹੁੰਦਾ। ਇਸ ਲਫ਼ਜ਼ ਨੂੰ ਅਗਲੇ ਲਫ਼ਜ਼ ਨਾਲ ਨਾ ਜੋੜੋ ਤਾਂ ਇਹਦੇ ਅਰਥ ਬਦਲ ਜਾਂਦੇ ਨੇ। ਅਗਲਾ ਲਫ਼ਜ਼ ਕੀ ਹੈ? ਅਵੱਗਿਆ ਬਣ ਜਾਏਗੀ ਜਿਹੜਾ ਪਾਨ ਸੁਪਾਰੀ ਖਾਂਦਾ ਸਿੱਖ ਨਹੀਂ। ਇੱਥੇ ਰੁਕਣਾ ਚਾਹੁੰਦਾ। ਕਿਹੜੀ ਅਜੀਬ ਗੱਲ ਹੈ, ਗੁਰਬਾਣੀ ਵਿੱਚ ਇੱਕਾ ਤੇ ਇੱਕ ਲਫ਼ਜ਼ ਨੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਪਾਨ ਸੁਪਾਰੀ ਜਿਹੜੀਆਂ ਦੋ ਚੀਜ਼ਾਂ ਨੇ ਇਹ ਨੇ ਖਾਣ ਵਾਲੀਆਂ ਤੇ ਕੱਪੜੇ ਨੇ ਪਹਿਨਣ ਵਾਲੇ। ਦੋ ਚੀਜ਼ਾਂ ਮਨੁੱਖ ਦੇ ਜੀਵਨ ਦਾ ਹਿੱਸਾ ਨੇ, ਪਹਿਨਣਾ ਤੇ ਖਾਣਾ। ਪਹਿਨਣ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਖਾਣ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਕਿਉਂਕਿ ਖਾਣ ਵਿੱਚ ਬਲਕਿ ਪਾਨ ਤੇ ਸੁਪਾਰੀ ਇੱਕ ਇਲਾਜ ਹੈ, ਦਵਾਈ ਹੈ। ਪੁੱਛੋ ਜਾ ਕੇ ਕਿਸੇ ਪੁਰਾਤਨ ਹਕੀਮਾਂ ਕੋਲੋਂ, ਵੈਦਾਂ ਕੋਲੋਂ,
बल्कि गुरबाणी अंदर एक थां ते एक लफ्ज आ गया सुपारी खान दी कोई प्रेरणा दे रहा, सिर्फ मैं समझना ते समझाना चाहना कि धर्म विच असी भरम किवें पैदा कर दिते। गुरबाणी कहिंदे नहीं, कहिंदे जे घर विच पाणां दी वाड़ी लगी होवे, भाव पाण दे बूटे लगे होण, ते उस घर विच खोता बन्ने होवे, खोता बने हो कि वो पाना वाड़ी में लाएगा, अपनी मर्जी की बरसीन पठिया जाएगा, लफज बन दे शक्तिशाली खाने खुराक वांगू वरत्या जांदा सी। खाने तो बाद अमीर घर अंदर पान सुपारी खादे जांदे सन, जिन्होंने वेख्या अमीर घरां दी एक खुराक ते अमीर घरां दा ही पहनना, दो चीज़ां जिहड़ियां ने वक्खरियां हुंदियां ने। अमीर आदमी जिहड़ा खुराक भी अपनी पौष्टिक रखदा ते अपना पहरावा भी खूबसूरत रखदा। हुण तुसीं देखो, मैं जदों होर पासे चुफेरे देखना कि जिहड़े लोग धर्म नूं भरम बनाई बैठे ने, वो तो कहते ने रेशम नहीं पाना, क्यों नहीं पाना, जो धर्म भरम बनाई बैठे ने वो कहते ने रेशम नहीं पाना, क्योंकि असल रेशम जिहड़ा है वो किसी दरखत किसी बूटे तो जिवें कपाह पैदा होंदी है इस तरह नहीं पैदा होता, वो एक कीड़ा है जिन्हों रेशम का कीड़ा आखते, उनका जिहड़ा मूह चो लाल निकलती है ना, उनका रेशम बनता है। जिमें शहद दियां मक्खियां पालदे ने ना, कश्मीर में जाओ उत्थे रेशम दे कीड़े भी पाले जाते। रेशम कितों पैदा होता है, जिहड़ा असल रेशम है। हुण ते हर चीज़ की नकल शुरू हो गई, उस तरह के कपड़े बनते हैं, लेकिन पुरातन समय अंदर जिहड़ा असल रेशम सी ना, वह रेशम के कीड़े विचों निकलता। जिवें लोग शहद दियां मक्खियां पालदे ने, ते शहद मक्खी के अंदरों निकलता। मैं एक बार कि किसी दोवां मिठासां विच की अंतर है, गुड़ की मिठास नालों शहद क्यों महंगा है, गुड़ नालों शहद क्यों महंगा है, क्योंकि मक्खी जिहड़ी है गुड़ विच्चों मिठास लैंदी है, लैंदी है जिथे जिथे भी मिठास होंदी है लैंदी है, पर वो मिठास नू अपने अंदरों फिर जदों प्रोड्यूस करदी है ना, उदों वो शहद बनता है, क्योंकि जिहड़े भी सुख बाहर तो भाले जाते हैं वह सुख नहीं होंगे। हम गुरगत की गल वाले पास प्रेम आना चाहना, मनुख दुनियावी तौर पर बाहरों सुख पाल रहा है। गुरु कहिंदा शहद की मक्खी के शहद को उनके प्रोड्यूस कर पैदा करने को तरीका से तेन पता हो, वो ये साबित करती है कि मैं बाहरली मिठास का पता नहीं, मैं तो वह मिठास लैके मुड़ के अपने अंदरों कोई मिठास पैदा करनी है, कीमत होती है। क्यों? क्योंकि गुड़ की जिहड़ी मिठास है उन्दे विच
मैं डूब के मर जावांगी। लौटूंगा तो फर्क की गुड़ बिच मक्खी मर जाती। गुरु ने पानी बिच भी आख्या जेड़ी मक्खी बह जाएगी वो मर जाएगी। मिठास ढूंढते गुरबाणी देख क्या कहते छत्ते भी बेच रखे होंगे ने तुहानू दिखाण लई भी देख लो असल शहद है। पंजाब विच ये चीज तुहानू आम मिलती बाल्टियां विच शहद पाया होगा विच छत्ते का हिस्सा भी रखा होगा ये साबित करने लई कि ये असल शहद है। पर विश्वास ना करियो सियाने लोग कहते ने एक तजर्बा है एक परख है वह है कि जड़िया मक्खियां उस शहद से होना उन्होंने एक मक्खी फड़ो तो उन्होंने शहद में थले डूंगी थान से डबो दो वेखोगे दो चार दस मिनटों बाद मक्खी इं बाहर निकल आएगी जिमें शहद नाल उनका कोई संबंध नहीं मरेगी नहीं। शहद में परखण वाले इस गल तुहानू समझाते हैं कि जे मक्खी उस शहद में डूब जाए जिमें फस गई गुड़ विच जे उस शहद में डूब के मर जाए बाहर ना निकले तो समझो शहद नकली ते जे शहद मार ना सके वह भी मौत उस शहद में ना हो बल्कि जीवन हो जीवन की बाहर निकल आए फिर समझो असल शहद है। कह लगे इस गल को याद रखियो जिन्ने बाहर के पदार्थ ने जिन्ने बाहर के पदार्थ ने दुनिया के जिन्ने सुख ने उन्होंने मनुख दे आत्मक मौत हो रही है। गुरु का समझाने का तरीका उनके आत्मक मौत हो जिन्ने बाहर के पदार्थ ने उन्होंने आत्मक मौत हो रही ते जेड़े तू अंदरों शायद पैदा करेगा अंदरों सुख पैदा करेगा वो आत्मक सुख जिन्हों आप कहने उन्हें सुखा में मौत नहीं होगी बल्कि उन्हें सुखा में जीवन होगा। गुरु ने एवं नहीं आख्या हर दसो
ਹੋਇਆ ਵਾ ਸੁੱਖ ਉਹ ਹਲਕ ਵਿੱਚ ਵੀ ਸੁੱਖ ਹੈ ਪਲਕ ਵਿੱਚ ਵੀ ਸੁੱਖ ਹੈ ਉਹ ਨਿਤ ਸੁੱਖ ਹੈ ਤੇ ਕਿਹਦੀ ਅਜੀਬ ਗੱਲ ਹੈ ਦੂਜੇ ਪਾਸੇ ਆਖ ਰਿਹਾ ਨੇ ਕੋਈ ਸੁੱਖ ਐਸਾ ਵੀ ਹੈ ਜਿਹੜਾ ਦੁਖਦਾਰੂ ਸੁੱਖ ਰੋਗ ਭਇਆ ਉਹ ਸੁੱਖ ਰੋਗ ਬਣ ਜਾਂਦਾ ਉਹ ਮੌਤ ਹੈ ਪਰ ਇੱਥੇ ਹੁਣ ਜਿਹੜਾ ਸਵਾਲ ਖੜਾ ਕੀਤਾ ਹੈ ਗੁਰੂ ਨੇ ਉਹ ਬਾਹਰਲੇ ਸੁੱਖਾਂ ਦਾ ਕੀਤਾ ਹੈ ਜਿੰਨੀ ਦੇਰ ਇਹ ਨਾਲ ਨਹੀਂ ਸਮਝਣ ਉਨੀ ਦੇਰ ਅਸੀਂ ਪਾਨਾਂ ਦੇ ਬੀੜੇ ਜਾਂ ਪਾਨਾਂ ਦੇ ਲਫ਼ਜ਼ ਨੂੰ ਗੁੰਮਰਾਹ ਹੋ ਕੇ ਧਰਮ ਦੇ ਖੇਤਰ ਵਿੱਚ ਸੋਚਣ ਲੱਗ ਪਵਾਂਗੇ ਇਹ ਧਰਮ ਦਾ ਕੋਈ ਹਿੱਸਾ ਨਹੀਂ ਇਹ ਦੋਨੋਂ ਲਫ਼ਜ਼ ਧਰਮ ਦਾ ਹਿੱਸਾ ਨਹੀਂ ਜੇ ਧਰਮ ਦਾ ਹਿੱਸਾ ਹੁੰਦੇ ਤਾਂ ਗੁਰੂ ਖਿਆਲ ਕਰਿਓ ਬਾਣੀ ਵਿੱਚ ਇਹਨਾਂ ਨੂੰ ਸੁਣਾਉਂਦੇ ਨਾ ਕਿਉਂਕਿ ਨਾਲ ਹੀ ਧਰਮ ਜੋੜ ਦਿੱਤਾ ਗੁਰੂ ਨੇ ਇੱਥੇ ਲਫ਼ਜ਼ ਆਏ ਨੇ ਆਪਣੀ ਅਮੀਰੀ ਦਰਸਾਉਣ ਲਈ ਤੇਰੀ ਅਮੀਰੀ ਦਾ ਮੁਜ਼ਾਹਰਾ ਇਹਨਾਂ ਗੱਲਾਂ ਵਿੱਚ ਹੁੰਦਾ ਹੋਵੇ ਵੀ ਤੂੰ ਬਹੁਤ ਸੋਹਣੇ ਰੇਸ਼ਮੀ ਕੱਪੜੇ ਪਾਏ ਹੋਏ ਨੇ ਚੰਗੀ ਡਰੈਸ ਚੰਗਾ ਸੂਟ ਪਾਇਆ ਹੋਇਆ ਕੀਮਤੀ ਮੈਂ ਦੇਖ ਰਿਹਾ ਅੱਜ ਵੀ ਤੁਸੀਂ ਦੇਖਦੇ ਹੋ ਬੱਚਿਆਂ 'ਚ ਆਮ ਦੇਖਿਆ ਜਾਂਦਾ ਮੈਂ ਫਲਾਣੇ ਬ੍ਰਾਂਡ ਦਾ ਸ਼ਰਟ ਪਾਵਾਂ ਕਿਉਂਕਿ ਮੇਰੇ ਦੋਸਤਾਂ ਨੇ ਮੈਨੂੰ ਦੇਖਣਾ ਹੈ ਅਤੇ ਦੇਖ ਕੇ ਕੀ ਆਖਣਗੇ ਉਹਨਾਂ ਨੂੰ ਪਤਾ ਲੱਗੇ ਕਿ ਇਹਦੀ ਜਿਹੜੀ ਸ਼ਰਟ ਪਾਈ ਹੋਈ ਹੈ ਫਲਾਣੀ ਕੰਪਨੀ ਦੀ ਬਣੀ ਹੋਈ ਹੈ ਕਿਉਂਕਿ ਪਹਿਨਣਾ ਵੀ ਇੱਕ ਅੰਦਰਲੀ ਹੋਮੇ ਬਣ ਗਈ ਖਾਣਾ ਵੀ ਇੱਕ ਅਮੀਰੀ ਦੀ ਨਿਸ਼ਾਨੀ ਬਣ ਗਈ ਅਤੇ ਗੁਰੂ ਨੇ ਇੱਥੇ ਇਹੋ ਗੱਲ ਆਖੀ ਕਹਿਣ ਲੱਗੇ ਬਾਹਰਲੀਆਂ ਖਾਣਾ ਅਤੇ ਬਾਹਰਲੀਆਂ ਚੀਜ਼ਾਂ ਨੂੰ ਪਹਿਨਣਾ ਤੇਰੇ ਜੀਵਨ ਦਾ ਇੱਕ ਹਿੱਸਾ ਬਣ ਗਈਆਂ ਨੇ ਜਿਹੜੀ ਤੇਰੀ ਅੰਦਰਲੇ ਸੁੱਖ ਦੀ ਗੱਲ ਸੀ ਨਾ ਇੱਕ ਸਹਾਰ ਕੇ ਨਾਮ ਬਿਨ ਉਹ ਨਹੀਂ ਰਿਹਾ ਕਿਉਂਕਿ ਜਿੰਨੀ ਦੇਰ ਉਹ ਤੁਕ ਅਗਲੀ ਨਾਲ ਨਹੀਂ ਜੋੜਾਂਗੇ ਅਰਥ ਸਪਸ਼ਟ ਨਹੀਂ ਹੋਊਗਾ ਸ਼ਬਦਾਵਲੀ ਕਿਹੜੀ ਮਿਲਦੀ ਹੈ ਗੁਰੂ ਇਹ ਗੱਲ ਆਖ ਰਿਹਾ ਹੂ ਬਹੂ ਤੇ ਕਹਿੰਦਾ ਹੈ ਉੱਥੇ ਮੇਰੇ ਕਸ ਕਰਦੇ ਆ ਇੱਥੇ ਬੀੜੀਆਂ ਤੋਂ ਭਾਵ ਉਹ ਨਹੀਂ ਜਿਹੜੀ ਸਿਗਰਟਾਂ ਦਾ ਹਿੱਸਾ ਨੇ ਇਹ ਵੀ ਪ੍ਰੀਖਿਆ ਨਾ ਪਵੇ ਪੁਰਾਣੇ ਸਮੇਂ ਅੰਦਰ ਪਾਨਾਂ ਦਾ ਬੀੜਾ ਜਿਹੜਾ ਕਿਉਂਕਿ ਚੰਗੀ ਖੁਰਾਕ ਸਿਹਤਮੰਦ ਖੁਰਾਕ ਅਤੇ ਆਪਣੀ ਅਮੀਰੀ ਅਤੇ ਤਾਕਤ ਸ਼ਕਤੀ ਵਾਲੀ ਖੁਰਾਕ ਦਾ ਇੱਕ ਹਿੱਸਾ ਸੀ ਇਸ ਲਈ ਜਦੋਂ ਕਿਸੇ ਨੂੰ ਓਥ ਦਵਾਉਂਦੇ ਸਨ ਨਾ ਰਾਜੇ ਮਹਾਰਾਜੇ ਤੂੰ ਫਲਾਣੀ ਮੁਹਿੰਮ 'ਤੇ ਜਾਣਾ ਸਰ ਕਰਕੇ ਆਵੇਂਗਾ ਇਸ ਮੁਹਿੰਮ 'ਤੇ ਦੁਸ਼ਮਣ ਨੂੰ ਜਿੱਤ ਕੇ ਆਵੇਂਗਾ ਤਾਂ ਉਦੋਂ ਪਾਨਾਂ ਦਾ ਬੀੜਾ ਦਿੰਦੇ ਸਨ ਕਿਉਂ ਮੈਂ ਥੋੜ੍ਹੇ ਦੂਜੇ ਪਾਸੇ ਨਹੀਂ ਜਾਣਾ ਚਾਹੁੰਦਾ ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਬਹੁਤ ਕੀਤਾ ਉਹਦੇ 'ਚ ਪਾਨ ਦਾ ਸੁਪਾਰੀ ਦਾ ਅਤੇ ਕੱਥੇ ਦਾ ਤਿੰਨੋਂ ਚੀਜ਼ਾਂ ਦਾ ਜ਼ਿਕਰ ਹੈ ਭਾਈ ਗੁਰਦਾਸ ਪੜ੍ਹ ਲਿਆ ਤਿੰਨ ਚੀਜ਼ਾਂ ਦਾ ਇਕੱਠਾ ਨਾਂ ਹੈ ਪਾਨ ਸੁਪਾਰੀ ਅਤੇ ਕੱਥਾ ਕਿਉਂਕਿ ਜਿਹੜਾ ਪਾਨ ਦੇ ਵਿੱਚ ਲੱਗਦਾ ਹੈ ਭਾਈ ਗੁਰਦਾਸ ਨੇ ਤਿੰਨਾਂ ਦਾ ਨਾਮ ਇਕੱਠਾ ਲਿਖਿਆ
ਤੇ ਉਹ ਇਸ ਖਿਆਲ ਨਾਲ ਲਿਖਿਆ ਕਹਿੰਦੇ ਨੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਬੜਾ ਖੂਬਸੂਰਤ ਰੰਗ ਬਣ ਜਾਂਦਾ ਹੈ। ਭਾਈ ਗੁਰਦਾਸ ਪਾਂਡੇ ਕਹਿੰਦੇ ਨੇ ਤਿੰਨਾਂ ਨੂੰ ਮਿਲਾ ਕੇ ਰੰਗ ਬਣ ਜਾਂਦਾ। ਉਹ ਰੰਗ ਜਿਹੜੇ ਪਾਨ ਲੋਕ ਪਾਨ ਖਾਣ ਵਾਲੇ ਲੋਕ ਉਹਨਾਂ ਦੇ ਮੂੰਹ ਵਿੱਚ ਤੁਸੀਂ ਅਕਸਰ ਦੇਖਦੇ ਹੋ। ਇਹ ਭਲਾ ਪਾਨ ਬੀੜਾ ਕਿਉਂ ਦਿੰਦੇ ਸਨ? ਜਿੰਨੀ ਦੇਰ ਅਸੀਂ ਪੁਰਾਤਨ ਖੋਜ ਵਿੱਚ ਨਹੀਂ ਜਾਵਾਂਗੇ ਕਈ ਚੀਜ਼ਾਂ ਉਸ ਭੁਲੇਖੇ ਵਿੱਚ ਜੇ ਕੇ ਤੁਰੀਆਂ ਜਾਂਦੀਆਂ ਕਿਉਂ ਦਿੰਦੇ ਸਨ? ਉਹ ਇਸ ਲਈ ਦਿੰਦੇ ਸਨ ਕਿਉਂਕਿ ਉਹਦਾ ਰੰਗ ਜਿਹੜਾ ਬਣਦਾ ਹੈ ਨਾ ਉਹ ਖੂਨ ਵਰਗਾ ਬਣ ਜਾਂਦਾ ਲਾਲ। ਤਿੰਨੋਂ ਚੀਜ਼ਾਂ ਨੂੰ ਮਿਲਾਓ, ਪਾਨ ਖਾਣ ਵਾਲੇ ਦਾ ਮੂੰਹ ਲਾਲ ਹੋ ਜਾਂਦਾ। ਅਤੇ ਉਹ ਇਸ ਗੱਲ ਦਾ ਪ੍ਰਤੀਕ ਉਸ ਵੇਲੇ ਦਰਸਾਉਂਦਾ ਸੀ ਕਿ ਮੈਂ ਜਿਸ ਮੋਹਿਮ 'ਤੇ ਜਿਸ ਦੁਸ਼ਮਣ ਨੂੰ ਜਿੱਤਣ ਲਈ ਚੱਲਿਆ ਉਹਦਾ ਖੂਨ ਪੀਵਾਂ। ਮੇਰੀ ਖੁਰਾਕ ਇਸ ਸ਼ਕਤੀ ਦਾ ਪ੍ਰਤੀਕ। ਮੈਂ ਇੱਕ ਵਾਰੀ ਬਹੁਤ ਦੇਰ ਹੋਈ ਰੰਗਾਂ ਦੇ ਸੰਬੰਧ ਵਿੱਚ ਬੋਲਦਿਆਂ ਵੀ ਇੱਕ ਗੱਲ ਕਹੀ ਸੀ ਕਿ ਲਾਲ ਰੰਗ ਸ਼ਕਤੀ ਦਾ ਪ੍ਰਤੀਕ ਹੈ। ਬਹੁਤ ਦੇਰ ਹੋਈ ਸ਼ਰਧਾ ਸਿਰਫ ਰੰਗਾਂ 'ਤੇ। ਸ਼ਬਦ ਸੀ ਰਾਮ ਰਾਮ ਕਦੇ ਉੱਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ। ਮੇਰੇ ਖਿਆਲ ਕੋਈ ਇਹ ਗੱਲ ਵੀ 25 ਸਾਲ ਪੁਰਾਣੀ। ਉਹਦੇ ਵਿੱਚ ਇੱਕ ਲਫ਼ਜ਼ ਕਹੇ ਸਨ ਲਾਲ ਰੰਗ ਸ਼ਕਤੀ ਦਾ ਪ੍ਰਤੀਕ ਹੈ, ਸਮਰੱਥਾ ਦਾ ਪ੍ਰਤੀਕ ਹੈ। ਇਸ ਲਈ ਰੱਬ ਨੂੰ ਵੀ ਲਾਲ ਰੰਗ ਆਖਿਆ, ਰੱਬ ਨੂੰ ਪੀਲਾ ਰੰਗ ਨਹੀਂ ਆਖਿਆ, ਰੱਬ ਨੂੰ ਕਾਲਾ ਰੰਗ ਨਹੀਂ ਆਖਿਆ, ਬਲਕਿ ਆਖਿਆ ਲਾਲ 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 ਹੈ ਰੰਗ, ਲਾਲ 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 ਹੈ ਰੰਗ, ਮਨ ਰੰਗਣ ਕੋ ਗੁਰ ਦੀਜੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਹੁਤ ਥਾਵੇਂ ਪ੍ਰਭੂ ਨੂੰ ਲਾਲ ਰੰਗ ਵਿੱਚ ਸ਼ਾਮਿਲ ਕੀਤਾ। ਸ਼ਕਤੀ ਦਾ ਪ੍ਰਤੀਕ ਹੈ, ਸਮਰੱਥਾ ਦਾ ਪ੍ਰਤੀਕ। ਇਸ ਲਈ ਖੂਨ ਦਾ ਰੰਗ ਵੀ ਲਾਲ ਹੁੰਦਾ, ਸ਼ਕਤੀ ਦਾ ਪ੍ਰਤੀਕ ਹੈ, ਸਮਰੱਥਾ ਦਾ ਪ੍ਰਤੀਕ ਹੈ, ਲਾਲ ਰੰਗ ਹੁੰਦਾ। ਮੈਂ ਇੱਕ ਵਾਰੀ ਬਿਲਾਸ ਨਾਲ ਵੀ ਇੱਕ ਗੱਲ ਕਹੀ ਸੀ ਤਾਂ ਜਦੋਂ ਰੈੱਡ ਲਾਈਟ ਹੋ ਜਾਏ ਚੰਗੇ ਚੰਗੇ ਜਿਹੜੇ ਨੇ ਉਹਨਾਂ ਦੀ ਬ੍ਰੇਕਾਂ 'ਤੇ ਪੈਰ ਚਲਾ ਜਾਂਦਾ, ਖਲੋ ਜਾਂਦੇ ਨੇ ਸਾਰੇ, ਉਹਨੂੰ ਨਹੀਂ ਤੋੜ ਸਕਦੇ। ਸਿਰਫ ਰੰਗ ਨੇ ਰੋਕ ਦਿੱਤਾ, ਸਿਰਫ ਰੰਗ ਨੇ ਟ੍ਰੈਫਿਕ ਰੋਕ ਦਿੱਤੀ, ਰੰਗ ਹੀ ਤਾਂ ਬਦਲਿਆ ਲਾਈਟ ਦਾ। ਰੋਕ ਦਿੱਤੀ ਤੋਂ ਇਹ ਸ਼ਕਤੀ ਦਾ ਪ੍ਰਤੀਕ ਹੋਣ ਕਰਕੇ ਪਾਨਾਂ ਦਾ ਬੀੜਾ ਉਸ ਸੂਰਮੇ ਨੂੰ ਉਸ ਯੋਧੇ ਨੂੰ ਦਿੱਤਾ ਜਾਂਦਾ ਸੀ ਜਿਹੜਾ ਇਹ ਉੱਥ ਲੈਂਦਾ ਸੀ ਕਿ ਮੈਂ ਦੁਸ਼ਮਣ ਨੂੰ ਜਿੱਤ ਕੇ ਆਵਾਂਗਾ। ਇਸ ਲਈ ਸੂਰਮਿਆਂ ਵਿੱਚ, ਯੋਧਿਆਂ ਵਿੱਚ, ਅਮੀਰਾਂ ਵਿੱਚ ਲਾਗੂ ਹੋ ਗਿਆ। ਪਰ ਗੁਰੂ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿਣ ਲੱਗੇ ਬਾਹਰਲੀਆਂ ਚੀਜ਼ਾਂ ਤੇ ਖਲੋਤੇ ਆ, ਉਹ ਅੰਦਰਲਾ ਸੁੱਖ ਨਹੀਂ ਬਣ ਰਹੀਆਂ। ਗੁਰੂ ਕਹਿੰਦੇ ਨੇ ਹਰ ਹਰ ਉੱਥੇ ਵੀ ਹੈ। ਅਜੀਬ ਗੱਲ ਹੈ, ਇਹ ਗੁਰਬਾਣੀ ਦਾ ਗੁਰੂ ਕਾ ਸ਼ਬਦ ਹੈ ਜਿਹਦੇ 'ਚ ਲਫ਼ਜ਼ ਨੇ ਕਿ ਨਾਲ ਹੀ ਪਾਨ ਸੁਪਾਰੀ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ। ਅਤੇ ਬਾਬਾ ਕਬੀਰ ਜੀ ਵੀ ਇਹੋ ਗੱਲ ਆਖ ਰਹੇ ਨੇ, ਕਹਿੰਦੇ ਨੇ ਉੱਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ, ਇੱਕ ਸਹਾਰ ਕੇ ਨਾਮ ਬਿਨ ਬਾਧੇ ਜੰਮ ਪੁਰ ਜਾਏ। ਉੱਥੇ ਵੀ ਜੰਮ ਪਕੜ ਚਲਾਈਆਂ, ਇੱਥੇ ਵੀ ਬਾਧੇ ਜੰਮ ਪੁਰ ਜਾਏ।
सवाल ये खड़ा हो गया कि पान सुपारी खान की जड़ी है सी मर्यादा रस्म वो तो सी सुरमे की दुश्मन नु जितन दी पर की गल है तू संसारक तौर पर दुनियावी चीज पान सुपारी खाता रहा सारी जिंदगी अजे तक तू मौत नु जित नहीं सकिया जमा नु जित नहीं सकिया तेरा दिल करदा है तू जमा दे बस पवे पर पै जाना है तेरा दिल करदा तू मौत दे बस पवे पर पै जाना है उन्हें सामने तेरी नहीं चलती सरेंडर कर देने हथ खड़े कर देने ते सारी जिंदगी तू पान सुपारी खा खा के ये साबित करता रहा भी मैं बड़ा अमीर हाँ ते मैं बड़ा महान योद्धा हाँ गुरु कहते हैं इसलिए रब नू चेते करन नाल ही तू उस मौत तो उस पान सुपारी दी उस शक्ति नू दूजे रूप में आत्मक शक्ति बना सकना है जिमें अंदरों निकली हुई जी शायद है वह सुख बनती है एक एग्जाम्पल दे रहा है तो बाबा कबीर जी ने यो गल अज के श्लोक में आखी तो कह लगे बदनाम करके उन्हां तो नफरत जा चंगा जा मंदा के प्रवान जा नफरत करके जीवन गुजारन वाले विश्वास कर जे तू उन्हां तो नफरत भी करे तब भी तू धर्मी शक्ति नहीं बन सकता कह लगी कि शक्ति क्यों नहीं बनेगा अगला श्लोक लगा कह लगे इसलिए क्योंकि तेरे जीवन का बेड़ा बड़ा कमजोरियां भरिया है तू इन पदार्थों की कमजोरियां नाल अपने जीवन में सुराख ही सुराख कर लेने सच्चाई तो फेरे देखोगे तो धर्म नाम थले साड़ियां कमजोरियां ज्यादा पैदा हो गई गुरु कहते धर्म नाम थले भी तू अपने जीवन के बेड़े में सुराख पैदा कर लेने कह लगे भला जे धर्म नाम थले भी सुराख पैदा कर लेने तो जीवन का बेड़ा इन्ना जर्जरा कमजोर हो गया है तो एक गल याद रख कम से कम पापा का गुनाह का भार तो ना लद भरमा का भार तो ना लद नहीं तो एक बेड़ा पुराना हो गए एक मला आना हो गए हजारा सुराख हो फिर वड्डा भार लैके उस बेड़े पर बह जाए भला उनके तरन की पार लंघन की कोई आस की जा सकती है कह लगे बस यो गल समझ ल Check it out.
पदार्थां तो नफरत भी ना कर क्योंकि धर्म ने आत्मक सुख पदार्थां दी नफरत विच भी नहीं पैदा होना साडे की है असी रंगा तो नफरत कर ली फलाना रंग पहनने वाला सिख ने केड़ी अजीब गल है धर्म शामिल हो गया ना रंग अज भी मैं नाम नहीं लेना चाहता संप्रदमाने जिन्ना दी सेक रहत मर्यादा बच्चे लिखिया हुआ है कि हरा नीला ना हरा ते लाल रंग सेख ने नहीं पाउना पहनना इन्दम तो सिखी नहीं रहती खतरा हो जैसे भरे ते लाल रंग तो ते जे भला इस गल नूं साडे विश्वास यकीन विच ले आईए तां किन्ने क सिख निकलणगे जिहड़े हरा ते लाल रंग बिल्कुल नहीं पहनदा सामने बची बैठी जिहड़ी जीवन विच सिखी नूं अपनाण दा प्रतीक बनी हुई है उहने वी लाल रंग दा सूट पाया होया है। ख्याल करियो श्री गुरु ग्रंथ साहिब दी बाणी दा मकसद ही समझण दा इहो है कि भरम दूर होना। गुरु कहिंदे ने बाहरली वस्तु उंदे तो नफरत करन नाल भी तू धर्मी नहीं बनता ते बाहरली वस्तु दे ते आधारित हो के धर्म कमान नाल भी तू धर्मी नहीं बनता। धर्म है प्रभु दे गुणा अनुसार अपना जीवन ढालना। इसलिए बार बार ही गल आखी है एक सहार के नाम वादे जपर जाए ते एहो ही गल गुरु ने बाणी विच भी आख दिता कि पान सुपारी खादियां मुख बीड़ियां लाइया हर हर कदे न चेते हो जम पकड़ चलाइया वो अगलियां तुकां सी नाल पढ़दे ने चीजा ते रुक जाने वस्तुआं ते रुक जाने नतीजा निकलदा धर्म परम बन के रह गया। भावें लाल रंग का कपड़ा लै लो भावें नारियल लै लो भावें संसार दियां होर वस्तुआं लै लो आ खाणी नहीं पहननी नहीं बस इत खड़े खान पहन खड़े। हालांकि गुरु बार बार इको गल समझा रहा है खामना जित भूख न लागे संतोख सदा तृप्ति उन्ना पहन ना रख पत परमेश्वर फिर नांगे ने थी ना हर चीज गुरु समझा रहे बाणी पहनना की है खाना की है धर्म दियाँ ये वस्तुआं नहीं ये तो शरीर दियाँ लोड़ां ने जिन्हों असी धर्म का हिस्सा बना के भरम विच पाए हुए
ਧਰਮ ਸਮਝੀ ਫਿਰਨੇ ਆ ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜੀ ਚਿਤਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।